ਗਾਇਸ ਤੇ ਹੁਣ ਆਪਣਾ ਜਿਹੜਾ ਕੈਂਪ ਆ ਤਿਆਰ ਹੋ ਗਿਆ ਅੱਜ ਆਪਾਂ ਪੂਰੀ ਨਾਈਟ ਰੂਟੀਨ ਜਿਹੜੀ ਆਪਣੀ ਉਹ ਆਪਾਂ ਬਣਾਵਾਂਗੇ ਕੈਂਪ ਦੇ ਵਿੱਚ ਤੇ ਚਲੋ ਇੱਥੇ ਸਾਰਾ ਰੋਟੀ ਪਾਣੀ ਆਪਾਂ ਅੱਜ ਇੱਥੇ ਹੀ ਕਰਨਾ ਵਾ ਤੇ ਹਜੇ ਤਾਂ ਸਟਾਰਟਿੰਗ ਆ ਹਜੇ ਬਹੁਤ ਕੁਛ ਵਿੱਚ ਰੱਖਣਾ ਵਾ ਬਹੁਤ ਕੁਛ ਇਹ ਕਰਨਾ ਵਾ ਤਾਂ ਤੁਹਾਨੂੰ ਦਿਖਾਉਂਦੇ ਹੁਣ ਅਸੀਂ ਹੌਲੀ ਹੌਲੀ ਪੂਰੀ ਤਿਆਰੀ ਕਰਦੇ ਪਏ ਤੇ ਨਾਲ ਨਾਲ ਤੁਹਾਨੂੰ ਦਿਖਾਉਂਦੇ ਹਾਂ ਚਲੋ ਗਾਇਸ ਦੇਖੋ ਜਿਸ ਕਰਨ ਦੇ ਵਿੱਚ ਜਾ ਕੇ ਬਹਿ ਗਿਆ ਤੇ ਹਜੇ ਤਾਂ ਬਹੁਤ ਕੁਛ ਕਰਨ ਵਾਲਾ ਗਾਇਸ ਸਾਡਾ ਜਿਹੜਾ ਸਿਲੰਡਰ ਉਹ ਵੀ ਖਤਮ ਆ ਹੁਣ ਇੱਥੇ ਅਸੀਂ ਸੋਚਿਆ ਚੁੱਲ੍ਹੇ ਬਣਾ ਲੈਂਦੇ ਹਾਂ ਅਤੇ ਬਾਕੀ ਇਹ ਪੱਖਾ ਪੁੱਖਾ ਵੀ ਲਾਵਾਂਗੇ ਅਸੀਂ ਰਾਤ ਇਹਦੇ ਵਿੱਚ ਹੀ ਰਵਾਂਗੇ ਤਿੰਨੋ ਜਾਣੇ ਮਤਲਬ ਗੱਦੇ ਗੁੱਦੇ ਲਾ ਕੇ ਹਨਾ ਹਵਾ ਵੀ ਚੱਲਦੀ ਵੀ ਪਿੱਛੇ ਖਿੜਕੀ ਵੀ ਉਹ ਦੇਖੋ ਖਿੜਕੀ ਵੀ ਆ ਤੇ ਬਾਕੀ ਪੂਰੀ ਤਿਆਰੀ ਕਰਦੇ ਹਾਂ ਬਲਬ ਬੁਲਬ ਵੀ ਲਾਉਣੇ ਆ ਹਜੇ ਕਿਉਂਕਿ ਹਨੇਰਾ ਬਹੁਤ ਜਲਦੀ ਹੋਣ ਵਾਲਾ ਫਿਰ ਰੋਟੀ ਪਾਣੀ ਆਪਣਾ ਸਾਰਾ ਕੁਛ ਇੱਥੇ ਆ ਤੁਹਾਨੂੰ ਵਾਰ ਵਾਰ ਕਹਿੰਦੇ ਪਏ ਅਤੇ ਜਲਦੀ ਤਿਆਰੀ ਕਰਦੇ ਹਾਂ ਫਿਰ ਤੁਹਾਨੂੰ ਮਿਲਦੇ ਹਾਂ ਹੁਣ ਤੁਹਾਡੇ ਲਈ ਇੱਕ ਸਰਪ੍ਰਾਈਜ਼ ਆ ਕਿਉਂਕਿ ਰਾਤ ਦਾ ਟਾਈਮ ਹੋ ਗਿਆ ਵਾ ਅਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਇੱਕ ਨਹੀਂ ਜਗੀ ਰੋਟੀ ਪਾਣੀ ਕਰਨੀ ਹੈ ਇੱਥੇ ਲੈ ਕੇ ਆਉਂਦੇ ਆਪਦਾ ਚੁੱਲ੍ਹਾ ਬਣਾਉਣਾ ਪੈਣਾ ਕਿਉਂਕਿ ਸਾਡਾ ਸਿਲੰਡਰ ਜਿਹੜਾ ਉਹ ਖਰਾਬ ਆ ਤੇ ਹੁਣ ਕੈਂਪ ਦੇ ਅੰਦਰ ਜਿਹੜਾ ਆਪਣਾ ਬੈੱਡ ਲਾ ਲਿਆ ਕਿਉਂਕਿ ਪੂਰੀ ਰਾਤ ਕੱਢਣੀ ਆਪਾਂ 24 ਘੰਟੇ 12 ਘੰਟੇ 12 ਘੰਟੇ ਤੇ ਇੱਥੇ ਰੋਟੀਆਂ ਪੱਕਣ ਲੱਗੀਆਂ ਤਾਂ ਦੇਖੂ ਆਪਾਂ ਹੁਣ ਤੁਸੀਂ ਦੂਰੋਂ ਵਿਊ ਵੇਖੋ ਦੇਖੋ ਕਿੱਡਾ ਵਧੀਆ ਲੱਗਦਾ ਪਿਆ ਹੁਣ ਗੱਦਿਆਂ ਦੀਆਂ ਚਾਦਰਾਂ ਵਿਛਾਉਂਦਾ ਪਿਆ ਜਿਸ ਕਾਰਨ ਅੰਦਰ ਉਹ ਦੇਖੋ ਬਸ ਲਾਪਰੀ ਲੈਣ ਗਿਆ ਹੋਇਆ ਹੋਰ ਲਾਈਟਿੰਗ ਕਰਕੇ ਅੰਦਰ ਚਲੋ ਬਈ ਆਹ ਆਪਣੀ ਖਿੜਕੀ ਆ ਗਰਮੀ ਗੁਰਮੀ ਲੱਗੀ ਚਲੋ ਗਾਇਸ ਆ ਮੈਂ ਇਧਰੋਂ ਖਿੜਕੀ ਦੇ ਵਿੱਚ ਬੈਠਾ ਵਾ ਤੇ ਆ ਜਿਵੇਂ ਦੋਵੇਂ ਚਾਦਰਾਂ ਉੱਪਰ ਬੰਨ ਦੇਣੀਆਂ ਆ ਜਾਲੀ ਜੇ ਅਸੀਂ ਸਪੈਸ਼ਲ ਏਦਾਂ ਲਾਵਾਂਗੇ ਤਾਂ ਇਹਨੂੰ ਕੱਲੇ ਤਾਂ ਬੰਨਾਂਗੇ ਜੇ ਏਦਾਂ ਤਾਂ ਬੰਨਦੀ ਤਾਂ ਨਹੀਂ ਰੁਕ 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 ਤੂੰ ਐਂ ਕਰੀ ਥੱਲੇ ਤੂੰ ਐਂ ਕਰ ਪੜੋਸੀ ਦਰਵਾਜ਼ਾ ਖੋਲਣਾ ਜਰਾ ਪੜੋਸੀ ਖੋਲ ਦਿਆ ਅਰੇ ਥੋੜੀ ਸੀ ਸ਼ਾਂਤੀ ਆਂਟੀ ਕੋ ਉਹ ਦੇ ਦੋ ਖਾਂਡ ਦੇ ਦੋ ਛੱਕਰ ਦੇ ਦੋ ਛੱਕਰ ਜਾ ਚਲ ਜਾ ਸ਼ਾਂਤ ਕੇ ਇਹ ਨਹੀਂ ਮਿਲਣੀ ਕੋਈ ਖੰਡ ਇਧਰ ਇੱਕ ਹੀ ਗੱਲ ਸੁਣੀ ਆ ਪਤਾ ਕਦੋਂ ਗਏ ਸਾਹ ਜਿਹੜੀ ਜਾਲੀ ਆ ਇਹ ਮਤਲਬ ਮੱਛਰ ਮੁੱਛਰ ਹੋਣ ਤੋਂ ਜੋ ਕੱਲੀ ਇਹ ਲਾਤੀ ਨਾ ਇਹਨੂੰ ਬੰਨਤਾ ਤੇ ਮੱਛਰ ਮੁੱਛਰ ਨਾ ਆਵੇ ਹਵਾ ਆਈ ਜਾਵੇ ਤਾਂ ਮੰਮੀ ਇੱਥੇ ਪਹਿਲਾਂ ਰੇ ਤੋਂ ਚੱਕਣ ਲੱਗ ਪਏ ਕਹਿੰਦੇ ਹਵਾ ਨਾ ਉੱਡ ਉੱਡ ਕੇ ਆਪਣੀਆਂ ਰੋਟੀਆਂ 'ਚ ਪਾਊਗੀ ਮੰਮੀ ਇਹ ਕੰਮ ਨਾ ਵੀ ਕਰਦੇ ਕੋਈ ਚੱਕਰ ਨਹੀਂ ਵੈਸੇ ਗਾਇਸ ਜਿਹੜੀ ਆਪਣੀ ਚਾਦਰ ਉਹ ਵਿਛ ਗਈ ਹੁਣ ਸਿਰਹਾਣੇ ਰੱਖੋ ਬਈ ਸਿੱਟੀ ਜਾ ਚਲੋ ਬਈ ਵੇਖੋ ਹੁਣ ਸਿਰਹਾਣੇ ਹੋਏ ਤੇ ਨਜ਼ਾਰਾ ਵਾ ਪੱਖਾ ਚਾਹੀਦਾ ਇੱਕ ਤੇ ਲੈਂਪ ਆਪਾਂ ਅੰਦਰ ਟਿਕਾ ਦਈਏ ਤਾਂ ਜੋ ਅੰਦਰ ਚਾਨਣ ਵੀ ਹੋ ਸਕੇ ਵਾਓ ਆਸਮ ਇਸ ਕਾਰਨ ਚਲ ਹੁਣ ਆਪਾਂ ਦੀਵੇ ਵੀ ਜਗਾ ਨਹੀਂ ਨਹੀਂ ਦੀਵੇ ਬਾਅਦ ਚ ਮੈਂ ਤਾਂ ਸੌਣ ਲੱਗਾ ਦੀਵੇ ਜਗਾਉਣੇ ਇੱਥੇ ਤੁਸੀਂ ਜਗਾਓ ਉਸ ਵਕਤ ਮੈਂ ਕੱਲਾ ਹੀ ਕੈਂਪ ਦੇ ਅੰਦਰ ਬੈਠਾ ਵਾਂ ਬਾਕੀ ਸਾਰੇ ਇਹ ਰੱਜੀ ਬੈਠੀ ਹੋਈ ਬਾਹਰ ਦੇਖੋ ਸਬਜ਼ੀ ਬਣਾਉਣ ਲੱਗੀ ਆ ਇੱਥੇ ਬਾਹਰ ਕਿੰਨਾ ਘੈਂਟ ਸੀਨ ਲੱਗਦਾ ਤੇ ਬਾਕੀ ਮੈਂ ਤੁਹਾਨੂੰ ਜਿੱਪ ਖੋਲ ਕੇ ਦਿਖਾ ਦਿੰਦਾ ਮੈਂ ਕਿਹਾ ਮੱਛਰ ਨਾ ਅੰਦਰ ਆਵੇ ਤਾਂ ਮੈਂ ਜਿੱਪ ਬੰਦ ਕੀਤੀ ਅੱਜ ਜਿੰਨੀ ਮਰਜ਼ੀ ਲੇਟ ਹੋ ਜਾਵੇ ਸਬਜ਼ੀ ਰੋਟੀ ਅਸੀਂ ਬਣਾਵਾਂਗੇ ਉੱਪਰ ਕੋਠੇ ਤੇ ਠੀਕ ਆ ਆਵੇ ਹੁਣ ਸਾਡਾ ਚੁੱਲ੍ਹਾ ਚੱਲਾ ਬਣੂਗਾ ਅਸੀਂ ਬਣਾਵਾਂਗੇ ਅੱਜ ਗੋਭੀ ਗੋਭੀ ਹਾਂ ਕੀ ਨਾਲ ਆਲੂ ਫਲੀਆਂ ਫਲੀਆਂ ਅੱਛਾ ਫਲੀਆਂ ਟਮਾਟਰ ਅਦਰਕ ਤੇ ਟਮਾਟਰ ਅਦਰਕ ਚੱਲ ਬਈ ਕੱਟ ਸਬਜ਼ੀ ਤੇ ਮੈਂ ਅੰਦਰ ਲੌਕ ਕਰ ਲਾਂ ਕਿਉਂਕਿ ਜਿਹੜਾ ਮੱਛਰ ਆ ਜਾਂਦਾ ਅੰਦਰ ਹੁਣ ਅਸੀਂ ਅੰਦਰ ਪੱਖੇ ਦਾ ਅਰੇਂਜਮੈਂਟ ਕਰਨ ਲੱਗੇ ਹਾਂ ਦੇਖੋ ਸਾਡੇ ਪਿੱਛੇ ਬਾਰੀ ਵੀ ਆ ਜਦੋਂ ਮਰਜ਼ੀ ਹਵਾ ਲਾਓ ਤਾਂ ਬਸ ਪੱਖੇ ਦਾ ਅਰੇਂਜਮੈਂਟ ਕਰ ਲਈਏ ਫਿਰ ਸੋਵਾਂਗੇ ਵੀ ਇੱਥੇ ਹੀ ਇੱਧਰ ਦੇਖੋ ਲੈ ਆਂਦਾ ਪੱਖਾ ਤੇ ਹੁਣ ਪੱਖੇ ਨਾਲ ਹਵਾ ਆਊਗੀ ਅੰਦਰ ਤੇ ਓਏ ਅੰਦਰ ਪੱਖਾ ਇੱਥੇ ਟਿਕਾ ਦੇ ਲੈਂਪ ਦੀ ਜਗ੍ਹਾ ਹੀ ਇੱਧਰ ਕਰੀ ਇੱਧਰ ਕਰ ਹਾਂ ਰੱਜੀ ਤੈਨੂੰ ਤਾਂ ਨਜ਼ਾਰਾ ਆਉਂਦਾ ਮੇਰੇ ਵੱਲ ਵੀ ਕਰ ਦੇ ਕਿਵੇਂ ਦਾ ਲੱਗਾ ਡੈਡੀ ਵਧੀਆ ਲੱਗਾ ਆ ਇੱਕ ਇੱਧਰ ਬਲਬ ਲਾਇਆ ਬਲਬ ਚਾਨਣ ਤਾਂ ਵੇਖ ਲਓ ਮੇਰੇ ਫੇਸ ਤੋਂ ਪਤਾ ਲੱਗਦਾ ਕਿੰਨਾ ਚਾਨਣ ਅਸੀਂ ਕਰਤਾ ਇੱਥੇ ਬਾਕੀ ਪੱਖਾ ਲਾ ਤਾ ਦੇਖੋ ਸਿੱਧਾ ਇੱਟਾਂ ਉੱਟਾਂ ਟਕਾ ਕੇ ਆ ਪੱਖਾ ਇੱਧਰ ਲਾ ਤਾ ਤੇ ਹੁਣ ਮਾਨ ਨਾ ਪੈ ਸਕਦੇ ਇੱਧਰ ਵੇਖੋ ਖੁੱਲੇ ਹੋ ਕੇ ਨਜ਼ਾਰੇ ਨਾ ਦੇਖੋ ਐਨੂੰ ਟੌਰ ਨਾ ਪਾਓ ਮੀਂਹ ਦਾ ਵੀ ਕੋਈ ਡਰ ਨਹੀਂ ਜਿੰਨਾ ਮਰਜ਼ੀ ਮੀਂਹ ਆ ਜੇ ਹੁਣ ਮੈਂ ਜਿਹੜੀ ਸਬਜ਼ੀ ਉਹ ਚੀਰ ਲਈ ਆ ਤੇ ਹੁਣ ਆਪਾਂ ਬਣਾਉਣੇ ਇੱਥੇ ਰੋਟੀ ਨਹੀਂ ਹੁਣ ਬਣਾਉਣੇ ਆਪਾਂ ਇੱਥੇ ਸਬਜ਼ੀ ਮਿਕਸ ਆ ਫਲੀਆਂ ਆਲੂ ਤੁਹਾਨੂੰ ਦਿਖਾਉਂਦੇ ਆ ਹੁਣ ਤੇ ਅੱਗ ਬਾਲ ਕੇ ਆਪਾਂ ਸ਼ੁਰੂ ਕਰਦੇ ਆ ਸਬਜ਼ੀ ਦਾ ਕੰਮ ਪਈ ਬਈ ਉੱਥੇ ਸਾਰੇ ਗੱਲਾਂ ਲੱਗੇ ਹੋਏ ਆ ਹਨੇਰਾ ਬਹੁਤ ਆ ਕੋਈ ਆਖੇ ਨਹੀਂ ਲੱਗਦਾ ਤਾਂ ਮੈਨੂੰ ਹੀ ਕਰਨਾ ਪੈਣਾ ਤੇਲ ਪਾ ਕੇ ਆਪਾਂ ਅੱਗ ਬਾਲਦੇ ਆ ਗਾਇਸ ਹੁਣ ਆਪਾਂ ਕਰਨ ਲੱਗੇ ਆ ਗੋਭੀ ਦੀ ਸਬਜ਼ੀ ਬਣਾਉਣੀ ਆ ਹਜੇ ਕਿਸੇ ਨੇ ਰੋਟੀ ਨਹੀਂ ਖਾਧੀ ਸਾਰੇ ਜਣੇ ਇੱਧਰ ਹੀ ਲੱਗੇ ਰਹੇ ਵਲੌਗ ਵਿੱਚ ਹੀ ਠੀਕ ਹੈ ਤੇ ਰੱਜੀ
ਬਣਾ ਰਹੇ ਆ ਸ਼ੈਫ ਆਪਾਂ ਪਹਿਲਾਂ ਸਭ ਤੋਂ ਤਾਂ ਉਹਨਾਂ ਨੇ ਬਣਾਇਆ ਹੋਇਆ ਵਾ ਵਿੰਡੋ ਵਿੰਡੋ ਪਿੱਛੋਂ ਦੇਖ ਸਕਦੇ ਆ ਆਪਾਂ ਸਾਰਾ ਸਮਾਨ ਦੇਖੀ ਜਾਦੇ ਮੱਛਰ ਹੋਣ ਤੋਂ ਤਾਂ ਮੀਂਹ ਤੋਂ ਵੀ ਆ ਚਲੋ ਬਈ ਇੱਥੇ ਬੰਦੇ ਪਏ ਆ ਕੀ ਕੀ ਆ ਵਿੱਚ ਤੇ ਗੋਭੀ ਆਲੂ ਤੇ ਫਲੀਆਂ ਦੀ ਸਬਜ਼ੀ ਬਣਦੀ ਪਈ ਆ ਤੇ ਇੱਧਰ ਇਹਨੇ ਦੇਖੋ ਕਿੱਦਾਂ ਹਨਾ ਬਣਾਇਆ ਹੋਇਆ ਲੂਣ ਮਿਰਚ ਹਲਦੀ ਧਨੀਆ ਤੇ ਕਾਲੀ ਮਿਰਚ ਰਾਤ ਦਾ ਟਾਈਮ ਹੋ ਗਿਆ 9:07 ਰੋਟੀਆਂ ਪੱਕਦੀਆਂ ਪਈਆਂ ਵਾ ਇੱਕੋ ਵਿਊ ਤੁਸੀਂ ਚੈੱਕ ਕਰੋ ਮਤਲਬ ਇੰਨੇ ਹਨੇਰੇ ਵਿੱਚ ਅੰਦਰ ਬਹਿ ਕੇ ਖਾਵਾਂਗੇ ਅੰਦਰ ਬਹਿ ਕੇ ਰੋਟੀ ਖਾਵਾਂਗੇ ਨਜ਼ਾਰੇ ਨਾਲ ਓ ਜਿਸ ਕਰਨ ਕਿਉਂ ਇੱਥੇ ਬਾਹਰ ਕੇ ਖਾਣੀ ਆ ਮੈਂ ਜਿਸ ਕਰਨ ਤੂੰ ਗੰਦ ਪਾ ਦੇਗਾ ਅੰਦਰ ਆਪਾਂ ਐਨ ਵਧੀਆ ਬਣਾਉਣਾ ਵਾ ਤੇ ਆਪਾਂ ਲੈਂਪ ਬਾਹਰ ਕੱਢਤਾ ਇੱਕ ਵਾਰੀ ਪੱਖਾ ਵੀ ਹਵਾ ਵੀ ਬਹੁਤ ਆਉਂਦੀ ਪਈ ਆ ਨਜ਼ਾਰੇ ਹੀ ਆਇਆ ਇੱਕ ਗੱਲ ਦੱਸਾਂ ਜੇ ਕੋਈ ਖੁਸ਼ ਰਹਿਣਾ ਚਾਹੁੰਦੇ ਨਾ ਕੋਈ ਵੀ ਸਲਾਦ ਕੱਟਣ ਡਿਆ ਵਾ ਦੇਖੋ ਇੱਧਰ ਤੇ ਮੰਮੀ ਹੁਣੀ ਉੱਧਰ ਰੋਟੀਆਂ ਪਕਾਉਂਦੇ ਪਏ ਆ ਰੱਜੀ ਨੇ ਸਬਜ਼ੀ ਬਣਾ ਲਈ ਆ ਸਾਰਾ ਕੰਮ ਹੋਣ ਡਿਆ ਇੱਥੇ ਉੱਧਰ ਡੈਡੀ ਹੁਣੀ ਅੰਦਰ ਬਹਿ ਕੇ ਕਹਿੰਦੇ ਬਈ ਰੋਟੀ ਅੰਦਰ ਹੀ ਚਾਹੀਦੀ ਆ ਖਾਣੀ ਰੋਟੀ ਨਜ਼ਾਰਾ ਆਉਂਦਾ ਕਿੰਨਾ ਕੁ ਨਜ਼ਾਰਾ ਯਾਰ ਅੱਛਾ ਤੁਹਾਨੂੰ ਪਤਾ ਰੋਟੀਆਂ ਪੱਕਦੀਆਂ ਪਈਆਂ ਕਾਫੀ ਵਾਰੀ ਕਹਿਤਾ ਤੇ ਇੱਧਰ ਇਹ ਸਬਜ਼ੀ ਖਾਣ ਡੇ ਗੋਭੀ ਦੀ ਕਈ ਕੁਛ ਵਿੱਚ ਇਹਨੇ ਪਾਇਆ ਵਾ ਫਲੀਆਂ ਫੁਲੀਆਂ ਤੇ ਚਲੋ ਬਈ ਖਾਂਦੇ ਪਏ ਆ ਸਵਾਦ ਆ ਦੱਸੀ ਬਈ ਝੂਠ ਨਾ ਮਾਰ ਯਾਰ ਤੂੰ ਓਦਾਂ ਵੀ ਕਹਿ ਦੇਣਾ ਸਵਾਦ ਸਵਾਦ ਕਹਿਦਾ ਮੈਂ ਨਹੀਂ ਨਹੀਂ ਗੋਭੀ ਮੈਨੂੰ ਸਵਾਦ ਲੱਗਦੀ ਆ ਅੱਛਾ ਅਸਲੀ ਸਵਾਦ ਆ ਹਨਾ ਮੂੰਹ ਤਾਂ ਪਤਾ ਲੱਗ ਗਿਆ ਵੈਸੇ ਗੋਭੀ ਮੈਨੂੰ ਵੈਸੇ ਸਵਾਦ ਲੱਗਦੀ ਖਾ ਚਲੋ ਜੀ ਖਾ ਗਿਆ ਹੋਰ ਮੂੰਹ ਦੇ ਵਿੱਚ ਮੈਂ ਮੋਬਾਈਲ ਹੀ ਪਾ ਦਿੰਦਾ ਰਿਕਾਰਡਿੰਗ ਕਰ ਲੂ ਅੰਦਰ ਹੀ ਇੱਧਰ ਡੈਡੀ ਹੁਣੀ ਕੈਂਪ ਦੇ ਵਿੱਚ ਬਹਿ ਕੇ ਖਾਣ ਡੇ ਰੋਟੀ ਹੈ ਨਜ਼ਾਰਾ ਨਜ਼ਾਰਾ ਬਿਲਕੁਲ ਚਲੋ ਬਈ ਨਜ਼ਾਰਾ ਹੀ ਮੱਛਰ ਨਾ ਮੱਛਰ ਆਹ ਜਾਲੀ ਲਾ ਲੈਣੀ ਸੀ ਫਿਰ ਅਸਲੋ ਹੀ ਨੀ ਮੱਛਰ ਮੱਖੀ ਵੜਨੀ ਬਈ ਇੱਥੇ ਜਿਸ ਕਾਰਨ ਖਾਂਦਾ ਪਿਆ ਹੁਣ ਅਗਲੀ ਨੈਕਸਟ ਵੀਡੀਓ ਇੱਥੇ ਨਹੀਂ ਮਤਲਬ ਖਤਮ ਹੁੰਦੀ ਆ ਸੋ ਬਾਏ ਗਾਇਸ ਬਾਏ 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 ਗਾਇਸ ਡੈਡੀ 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 ਦੇ ਘਰੇ ਨਾਰ ਤੇ ਨਾਰ ਚੜ ਗਈ ਡੈਡੀ ਬਾਏ ਬਾਏ ਲਾਪ੍ਰੀਤ ਬਾਏ 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 ਲਾਪ੍ਰੀਤ ਬਾਏ ਬਾਏ ਬਾਏ।